ਇਹ ਤਸਵੀਰਾਂ ਸੰਗਰੂਰ ਦੇ ਸੁਨਾਮ ਦੀਆਂ ਨੇ ਜਿੱਥੇ ਇੱਕ ਸ਼ਖਸ ਨੂੰ 1.5 ਕਰੋੜ ਦੀ ਲਾਟਰੀ ਨਿਕਲੀ ਹੈ। ਜੀ ਹਾਂ, ਲਾਟਰੀ ਨਿਕਲਣ ਦੀ ਖੁਸ਼ੀ 'ਚ ਇੱਕ ਦੂਜੇ ਦਾ ਮੂੰਹ ਮਿੱਠਾ ਕੀਤਾ ਜਾ ਰਿਹਾ ਹੈ। ਕਹਿੰਦੇ ਨੇ ਕਿ ਜਦੋਂ ਭਗਵਾਨ ਕਿਸੇ ਨੂੰ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਤੇ ਇਸੇ ਦੀ ਉਦਾਹਰਣ ਦੇਖਣ ਨੂੰ ਮਿਲੀ ਸੰਗਰੂਰ ਦੇ ਸੁਨਾਮ ਦੇ ਰਹਿਣ ਵਾਲੇ ਵਰਿੰਦਰ ਗੋਇਲ ਨੂੰ, ਜਿੱਥੇ ਕਿ 1.5 ਕਰੋੜ ਦੀ ਲਾਟਰੀ ਲੱਗੀ ਹੈ। ਇਹ ਲਾਟਰੀ ਉਹਨਾਂ ਵੱਲੋਂ ਦੀਵਾਲੀ ਲੋਟਰੀ ਬੰਪਰ ਦੇ ਤੌਰ 'ਤੇ ਖਰੀਦੀ ਗਈ ਸੀ, ਤੇ ਜਿਸ ਦੇ ਚੱਲਦਿਆਂ ਹੁਣ ਉਸਦਾ ਨਤੀਜਾ ਸਾਹਮਣੇ ਆਇਆ ਤਾਂ ਘਰ 'ਚ ਖੁਸ਼ੀ ਦਾ ਮਾਹੌਲ ਹੈ, ਤੇ ਖੁਸ਼ੀ ਵੀ ਇੰਨੀ ਕਿ ਪਰਿਵਾਰਕ ਮੈਂਬਰਾਂ ਦੇ ਜ਼ਮੀਨ 'ਤੇ ਪੈਰ ਹੀ ਨਹੀਂ ਲੱਗ ਰਹੇ। ਤੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਉੱਤੇ ਰੱਬ ਨੇ ਕਿਰਪਾ ਕੀਤੀ ਹੈ ਜੋ ਉਹਨਾਂ ਦੀ 1.5 ਕਰੋੜ ਦੀ ਲਾਟਰੀ ਲੱਗੀ ਹੈ। ਹਾਂਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਤੇ ਕੀ ਸੋਚਿਆ ਅੱਗੇ? ਪਰਮਾਤਮਾ ਦੀ ਦਇਆ ਹੋਈ ਹੈ ਜੀ, ਇਹ ਭਗਵਾਨ ਦੀ ਕਿਰਪਾ ਹੋਈ ਸਾਡੇ 'ਤੇ ਵੀ ਸਾਨੂੰ 1.5 ਕਰੋੜ ਦਾ ਇਨਾਮ ਲੱਗਿਆ ਜੀ। ਪਹਿਲਾਂ ਇਹ ਪੈਸਾ ਅਸੀਂ ਆਪਣੇ ਪਰਿਵਾਰ 'ਤੇ, ਆਪਣੇ ਬੱਚਿਆਂ ਦੇ ਭਵਿੱਖ ਲਈ ਯੂਜ਼ ਕਰਾਂਗੇ ਜੀ, ਅਤੇ ਬਿਜ਼ਨਸ ਲਈ ਯੂਜ਼ ਕਰਾਂਗੇ ਜੀ। ਆਪਣਾ ਕੀ ਬਿਜ਼ਨਸ ਹੈ? ਪਹਿਲਾਂ ਆਪਣਾ ਸਪੇਅਰ ਪਾਰਟ ਦਾ ਸਮਰਸੀਬਲ ਮੋਟਰ ਦਾ ਕੰਮ ਹੈ ਜੀ, ਬੱਸ ਸਟੈਂਡ ਰੋਡ 'ਤੇ। ਠੀਕ, ਕਿੰਨੀ ਕੁ ਖੁਸ਼ੀ ਮਹਿਸੂਸ ਕਰ? ਬਹੁਤ ਜ਼ਿਆਦਾ, ਪੈਰ ਜਮੀਨ 'ਤੇ ਲੱਗ ਰਹੇ ਜੀ ਆਪਣੇ। ਮਿਲਿਆ ਜੀ 1.5 ਕਰੋੜ, ਤਾਂ ਕਿਸ ਤਰ੍ਹਾਂ ਦਾ ਮਹਿਸੂਸ? ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ। ਇੰਨਾ ਕਾਬਿਲ ਸਮਝਿਆ ਨਹੀਂ ਸੀ ਜਿੰਨਾ ਪਰਮਾਤਮਾ ਨੇ ਸਾਡੇ 'ਤੇ ਦਇਆ ਕੀਤੀ ਹੈ। ਕ੍ਰਿਸ਼ਨਾ ਦੇਵੀ ਜੀ, ਕ੍ਰਿਸ਼ਨਾ ਦੇਵੀ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਹਾਂਜੀ, ਤੁਹਾਨੂੰ ਵੀ ਜੀ ਬਹੁਤ ਬਹੁਤ। ਅਤੇ ਜਿਹੜੇ 1.5 ਕਰੋੜ ਰੁਪਇਆ ਮਿਲਿਆ ਉਹ ਕਿਸ ਤਰ੍ਹਾਂ ਯੂਜ਼? ਹਾਂਜੀ, ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਇਸ 'ਚ। ਸਾਡੇ ਬੱਚੇ ਆਪਣੇ ਪੈਰਾਂ ਸਿਰ ਸਟੈਂਡ ਹੋ ਜਾਣਗੇ ਜੀ, ਹੈਗੇ ਵੀ ਨੇਗੇ। ਅਸੀਂ ਬਹੁਤ ਪਹਿਲਾਂ ਆਪਣੇ ਟਾਈਮ ਦੇ ਵਿੱਚ ਬੱਚੇ ਉਸ ਨਾਲ, ਹਾਂਜੀ ਹਾਂ, ਬਹੁਤ ਆਪਣੀ ਮਿਹਨਤ ਨਾਲ ਉਹ ਕੀਤੇ ਨੇਗੇ, ਅਤੇ ਆਪਣੇ ਕੰਮ ਕਾਰ 'ਤੇ ਵੀ ਮਿਹਨਤ ਨਾਲ ਹੀ ਲਗਾਏ ਨੇਗੇ। ਹਾਂਜੀ ਹਾਂ, ਬਹੁਤ ਬਹੁਤ ਖੁਸ਼ੀ, ਵਧਾਈਆਂ ਹੋਣ ਸਰ। ਸਤਪਾਲ ਗੋਇਲ, ਸਤਪਾਲ ਜੀ, ਪਹਿਲਾਂ ਤਾਂ ਵਧਾਈਆਂ। ਹਾਂਜੀ ਹਾਂ, ਤੁਹਾਨੂੰ ਵੀ ਮੁਬਾਰਕਾਂ ਜੀ, ਬਹੁਤ ਬਹੁਤ ਮੁਬਾਰਕਾਂ। ਅਤੇ ਜਿਹੜਾ ਹੁਣ ਪ੍ਰੋਗਰਾਮ ਆ, ਤੁਹਾਨੂੰ 1.5 ਕਰੋੜ ਰੁਪਏ ਦਾ ਕਿਸ ਤਰ੍ਹਾਂ ਐਡਜਸਟਮੈਂਟ ਕਰੋ, ਕੀ ਕਿੱਥੇ ਕਿੱਥੇ ਇਨਵੈਸਟਮੈਂਟ ਦੀ ਆ? ਐਡਜਸਟਮੈਂਟ ਜੀ ਆਪਣੇ ਬੱਚਿਆਂ ਦੇ ਭਵਿੱਖ ਦੇ ਲਾਵਾਂਗੇ ਅਸੀਂ, ਬੱਚੇ ਆਪਣੇ ਉੱਚੇ ਕਰਨੇ ਨੇ, ਇਹਨਾਂ ਨੂੰ ਜੋ ਵਰਦਾਨ ਮਿਲਿਆ ਉਹਦੀ ਅਸੀਂ ਪੂਰੀ ਪਾਲਣਾ ਕਰਾਂਗੇ। ਮੈਂ ਆਪਣੇ ਬੱਚਿਆਂ ਵਾਸਤੇ ਪੂਰਾ ਸਹਿਯੋਗ ਦੇਵਾਂਗਾ। ਸੋ ਪਰਿਵਾਰ ਦੇ ਮੈਂਬਰਾਂ ਨੇ ਵੀ 1.5 ਕਰੋੜ ਰੁਪਏ ਦੀ ਲਾਟਰੀ ਲੱਗਣ 'ਤੇ ਜਿੱਥੇ ਭਗਵਾਨ ਦਾ ਸ਼ੁਕਰੀਆ ਅਦਾ ਕੀਤਾ, ਉੱਥੇ ਹੀ ਉਹਨਾਂ ਕਿਹਾ ਕਿ ਇਹਨਾਂ ਪੈਸਿਆਂ ਨੂੰ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਇਸਤੇਮਾਲ ਕਰਨਗੇ। ਸੰਗਰੂਰ ਤੋਂ ਕਰਨਵੀਰ ਜੋਸ਼ੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।